मैं अनीता पाल लेके हाजिर हाँ आप जी का मनपसंद प्रोग्राम उड़ीकां। जिवें कि तुसी जानते ही हो, असी हमेशा ही नवे चेहरे दे नाल रूबरू हुंदे हाँ। ते अज आजाद रंगमंच कला भवन फगवाड़ा दे स्टूडियो विच पहुंचे हन पंजाबी लोक गायक ते पंजाबी मां बोली दी सेवा करन वाले सुचज्जे गायक दलविंदर दयालपुरी जी। उड़ीका दी कड़ियां खत्म करदे होए लो जी गलबात करदे हां दलविंदर दयालपुरी जी नाल। दलविंदर दयालपुरी जी, तुहाडा साडे स्टूडियो उड़ीका प्रोग्राम दे विच बहुत बहुत स्वागत है जी। सत श्री अकाल मैडम जी, बहुत बहुत धन्यवाद जी। ਤੁਸੀਂ ਅੱਜ ਆਜ਼ਾਦ ਰੰਗਮੰਚ ਜਿਹੜੀ ਰਜਿਸਟਰਡ ਹੈ ਜੀ, ਔਰ ਮੈਂ ਬੜਾ ਉਹਨਾਂ ਦਾ ਪਾਠਕ ਆ, ਮੈਂ ਨਾਲ ਸਰੋਤਾ ਹੈ, ਨਾਲ ਦਰਸ਼ਕ ਹੈ ਜੀ। ਬੀਬਾ ਕੁਲਵੰਤ ਬੀਬਾ ਜੀ ਔਰ ਨਾਲ ਹੀ ਗਮਰੂ ਬਾਂਸਲ ਸਾਹਿਬ, ਸਾਰੇ ਆਰਟਿਸਟ, ਮੇਕਅਪ ਆਰਟਿਸਟ, ਪਰਦਾ ਖਿੱਚਣ ਵਾਲੇ, ਲਾਈਟਾਂ ਵਾਲੇ, ਔਰ ਪਲੱਸ ਜਿਹੜੇ ਸਾਰੇ ਸਤਿਕਾਰਯੋਗ ਸਾਡੇ ਭੈਣ ਭਰਾ, ਉਹਨਾਂ ਦਾ ਬਹੁਤ ਹੀ ਮੈਂ ਵੱਡਾ ਫੈਨ ਹੈ। ਤੁਸੀਂ ਮੈਨੂੰ ਇੱਥੇ ਜੀ ਆਇਆਂ ਨੂੰ ਆਖਿਆ, ਮੈਂ ਤਾਂ ਖੁਦ ਥੀਏਟਰ ਦਾ ਬੰਦਾ ਜੀ, ਖੁਦ ਨਾਟਕਾਂ ਦਾ ਬੰਦਾ ਜੀ, ਮੈਂ ਬੜਾ ਵੱਡਾ ਫੈਨ ਹੈ ਜੀ, ਫਿਰ ਵੀ ਤੁਸੀਂ ਮੇਰਾ ਵੈਲਕਮ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣਾਓ, ਠੀਕ ਠਾਕ ਹੋ ਜੀ? ਜੀ ਵਧੀਆ ਜੀ, ਤੁਸੀਂ ਕੋਰੋਨਾ ਦਾ ਬਚਾਅ ਰੱਖਦੇ ਹੋ ਨਾ? ਬਿਲਕੁਲ ਜੀ, ਬਚਾਅ ਰੱਖਣਾ ਪੈਂਦਾ ਜੀ, ਕਿਉਂਕਿ ਜਿਹੜੀ ਹੁਣ ਦੀ ਦੂਰੀ ਹੈ ਕਿਸ ਦਿਨ ਨੇੜੇ ਆਏਗੀ। ਆਪਾਂ ਸਿਹਤ ਵਿਭਾਗ ਦੀਆਂ ਔਰ ਪੰਜਾਬ ਪੁਲਿਸ ਦੀਆਂ ਔਰ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੂੰ ਆਪਾਂ ਮੱਦੇਨਜ਼ਰ ਰੱਖਣਾ ਔਰ ਦੁਨੀਆਂ ਦਾ ਭਲਾ ਕਰਨਾ ਜੀ। ਅਸੀਂ ਆਪਣਾ ਖਿਆਲ ਰੱਖਾਂਗੇ ਤਾਂ ਹੀ ਫਿਰ ਆਪਾਂ ਇੱਕ ਦੂਜੇ ਦਾ ਵੀ ਖਿਆਲ ਰੱਖ ਸਕਾਂਗੇ, ਕਿਉਂਕਿ ਜਿੱਤਾਂਗੇ ਜ਼ਰੂਰ ਜੰਗ, ਜਿੱਤਾਂਗੇ ਨਾ, ਆਪਾਂ ਜੰਗ ਜਿੱਤਣੀ ਜ਼ਰੂਰ ਹੈ। ਪਰਮਾਤਮਾ ਕਰੇ ਕਿ ਜਿਹੜੀ ਆਉਣ ਵਾਲੀ ਦੀਵਾਲੀ ਹੈ, ਆਉਣ ਵਾਲਾ ਦੁਸਹਿਰਾ, ਇਹ ਆਪਾਂ ਸਾਰੇ ਭੈਣ ਭਰਾ ਰਲ ਕੇ ਮਨਾਈਏ ਔਰ ਮਾਲਕ ਵਾਹਿਗੁਰੂ ਕਿਰਪਾ ਕਰੇ। ਦਲਵਿੰਦਰ ਜੀ, ਜਿਹੜੇ ਕਲੀਆਂ ਦੇ ਬਾਦਸ਼ਾਹ ਮਾਨਕ ਸਾਹਿਬ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਸਾਹਿਬ ਜੀ, ਇਹਨਾਂ ਦੋਨਾਂ ਬਾਦਸ਼ਾਹਾਂ ਦਾ ਮੇਲ ਕਿੱਦਾਂ ਹੋਇਆ, ਇਹ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹੁੰਦੇ ਹਨ। ਅਨੀਤਾ ਜੀ, ਬਹੁਤ ਵਧੀਆ ਜੀ ਸਵਾਲ ਤੁਹਾਡਾ। ਮੇਰੇ ਉਸਤਾਦ ਸ੍ਰੀ ਕੁਲਦੀਪ ਮਾਨਕ ਸਾਹਿਬ ਔਰ ਉਹ ਹਮੇਸ਼ਾ ਹੀ ਸਾਰੀ ਦੁਨੀਆਂ ਦੇ ਵਿੱਚ ਕਲੀਆਂ ਦੇ ਬਾਦਸ਼ਾਹ, ਲੋਕ ਗਥਾਵਾਂ ਦੇ ਬਾਦਸ਼ਾਹ, ਲੋਕ ਕਿੱਸਿਆਂ ਦੇ ਬਾਦਸ਼ਾਹ ਔਰ ਲੋਕ ਖਾੜਿਆਂ ਦੇ ਬਾਦਸ਼ਾਹ, ਲੋਕਾਂ ਦੇ ਬਾਦਸ਼ਾਹ ਜੀ, ਔਰ ਇਦਾਂ ਹੀ ਲੋਕਾਂ ਨੇ ਮੈਨੂੰ ਮੇਲਿਆਂ ਦਾ ਬਾਦਸ਼ਾਹ ਬਣਾ ਦਿੱਤਾ ਜੀ। ਬੜੀ ਕੁਦਰਤ ਦਾ ਇਤਫਾਕ ਹੈ, ਇਹ ਆਵਾਮ ਹੈ, ਆਵਾਮ ਉਰਦੂ ਦਾ ਸ਼ਬਦ ਹੈ ਜੀ, ਆਵਾਮ ਜਿਹੜੀ ਲੋਕੀ ਜਿਹਨੂੰ ਲੋਕੀ ਬਣਾਉਣ ਨਾ ਉਹ ਬਣਦਾ ਹੈ, ਨਹੀਂ ਤੇ 10 ਸੈਕਿੰਡ ਦਾ ਪ੍ਰੋਮੋ, 20 ਸੈਕਿੰਡ ਦਾ ਪ੍ਰੋਮੋ, 30 ਸੈਕਿੰਡ ਦਾ ਪ੍ਰੋਮੋ ਜਾਂ ਗਾਣਾ 3.5 ਮਿੰਟ ਦਾ ਜਾਂ 4 ਮਿੰਟ ਦਾ 2.5 ਮਿੰਟ ਦਾ ਗਾਣਾ, ਉਹ ਤੋਂ ਨਹੀਂ ਬਣਦਾ, ਇਹ ਲੋਕ ਬਣਾਉਂਦੇ ਨੇ ਜੀ। ਹਾਂਜੀ, ਕਿ ਫੇਸ ਟੂ ਫੇਸ ਲੋਕੀ ਬਣਾਉਂਦੇ ਨੇ, ਜਿੱਦਾਂ ਬੀਬਾ ਕੁਲਵੰਤ ਬੀਬਾ ਜੀ ਹੁਣੀ ਨਾਟਕ ਕਰਦੇ ਨੇ ਲੋਕਾਂ ਦੇ ਘਰਾਂ ਚ, ਲੋਕਾਂ ਦੇ ਦਿਲਾਂ ਚ, ਲੋਕਾਂ ਦੇ ਮਨਾਂ ਚ, ਲੋਕਾਂ ਦੇ ਬੁੱਲਾਂ ਤੇ, ਲੋਕਾਂ ਦੇ ਕੰਨਾਂ ਚ ਵਸਦੇ ਨੇ। ਅਸੀਂ ਵੀ, ਸਾਡੀ ਵੀ ਇਹੀ ਥੋੜੀ ਹੈ ਕਿ ਲੋਕਾਂ ਮਨਾਂ ਦੇ ਵਿੱਚ, ਬੁੱਲਾਂ ਤੇ, ਲੋਕਾਂ ਦੇ ਕੰਨਾਂ ਦੇ ਵਿੱਚ ਵਸੀਏ, ਤਾਂ ਜੋ ਅਸੀਂ ਮੇਲਿਆਂ ਦੇ ਬਾਦਸ਼ਾਹ ਬਣੀਏ। ਸਾਡਾ, ਮੇਰਾ ਤੇ ਕੁਲਦੀਪ ਮਾਨਕ ਸਾਹਿਬ ਜੀ ਦਾ ਮੇਲ ਹੋਇਆ ਨਹੀਂ, ਮੈਂ ਆਪ ਕੀਤਾ ਜਾ ਕੇ, ਕਿਉਂਕਿ ਮੇਰੇ ਉਸਤਾਦ ਸੀਗੇ, ਮੈਂ ਚਾਹੁੰਦਾ ਸੀਗਾ ਕਿ, ਮੈਂ ਬੜਾ ਫੈਨ ਸੀਗਾ ਸ਼੍ਰੀ ਕੁਲਦੀਪ ਮਾਨਕ ਸਾਹਿਬ, ਸੁਰਿੰਦਰ ਸ਼ਿੰਦਾ ਜੀ, ਗੁਰਚਰਨ ਪੋਲੀ ਸਾਹਿਬ, ਕੇ ਦੀਪ ਜਗਮੋਹਨ ਕੌਰ ਜੀ, ਸੁਰਿੰਦਰ ਸ਼ਿੰਦਾ ਜੀ ਔਰ ਜਿੰਨੇ ਵੀ ਸੀਨੀਅਰ ਆਰਟਿਸਟ, ਚੰਦੀ ਰਾਮ ਔਰ ਖੁਸ਼ਦਿਲ ਖੇਲਿਆਂ ਵਾਲਾ, ਮੈਂ ਇਹਨਾਂ ਨੂੰ ਸੁਣਦਾ ਤੇ ਗਿਣਦਾ ਤੇ ਵਾਚ ਤੇ ਕਿੱਦਾਂ ਖੜੇ ਹੋਣਾ, ਕਿੱਦਾਂ ਵਾਚਿੰਗ ਕਰਨੀ, ਮੈਂ ਇਹਨਾਂ ਨੂੰ ਦੇਖਦਾ ਰਿਹਾ, ਇੱਥੋਂ ਤੱਕ ਕਿ ਸ਼੍ਰੀ ਹੰਸ ਰਾਜ, ਹੰਸ ਪਦਮ ਸ਼੍ਰੀ ਸਰਦੂਲ ਸਿਕੰਦਰ ਸਾਹਿਬ, ਇਹਨਾਂ ਨੂੰ ਵਾਚ ਕਰਦਾ ਰਿਹਾ, ਕਿੱਦਾਂ ਖੜੇ ਹੋਣਾ, ਕਿੱਦਾਂ ਬੋਲਣਾ, ਕਿੱਦਾਂ ਵੇਓ ਟਾਕਿੰਗ ਕਰਨੀ। ਤੇ ਇਸ ਕਰਕੇ ਮੇਰੇ ਦੋਸਤ ਨੇ ਹਰਵਿੰਦਰ ਰੋੜਪੁਰੀ ਸਾਹਿਬ, ਗੀਤਕਾਰ ਨੇ, ਉਹਨਾਂ ਨੇ ਮੇਰਾ ਰਾਬਤਾ ਸੰਪਰਕ ਰੱਖਿਆ, ਅਸੀਂ ਸ਼ੁਰੂ ਤੋਂ ਮੈਂ ਵਾਚ ਤੇ ਕਰਦਾ ਰਹਿੰਦਾ, ਜਦੋਂ ਰੇਡੀਓ ਤੇ ਦਿਹਾਤੀ ਪ੍ਰੋਗਰਾਮ ਆਉਣਾ ਤੇ ਗਾਣਾ ਆਉਣਾ, ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਓ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ, ਅਨੀਤਾ ਜੀ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤੇ ਰੱਬ ਦਾ ਰੂਪ ਹੈ ਦੂਜਾ,
ਕੋਈ ਨਹੀਂ ਫੜਦਾ ਬਾ ਜੋ ਇਹ ਗਾੜੇ ਤੇ ਮੈਂ ਖੜਾ ਨਾ ਉਹ ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮਿਰਜੇ ਨੂੰ ਪਾਈਆਂ ਜਾਂ ਮੇਰੀ ਰੰਗਲੀ ਚਰਖੀ ਵਿੱਚ ਤੰਦ ਤਰੇੜੇ ਵੇ ਕਿਤੇ ਮਾਰੇ ਰਾਂਝਣਾ ਤੂੰ ਰੰਗਪੁਰ ਗੇੜੇ ਅੱਜ ਉਡੀਕਾਂ ਮੈਨੂੰ ਉਡੀਕਾਂ ਨੇ ਮੇਰੇ ਉਸਤਾਦ ਸ਼੍ਰੀ ਕੁਲਦੀਪ ਮਾਣਕ ਸਾਹਿਬ ਦੀਆਂ ਮੈਨੂੰ ਉਡੀਕਾਂ ਨੇ ਵਧੀਆ ਲੋਕ ਸਿੰਗਰ ਜਿਹੜੇ ਨਬਜ਼ ਫੜਦੇ ਨੇ ਜੀ ਜਿਹੜੇ ਲੋਕਾਂ ਦੇ ਦਿਲਾਂ ਚ ਵਸਦੇ ਨੇ ਮੈਨੂੰ ਉਹਨਾਂ ਲੋਕਾਂ ਦੇ ਉਡੀਕਾਂ ਨੇ ਜੀ ਦਲਵਿੰਦਰ ਜੀ ਮਾਣਕ ਸਾਹਿਬ ਦੇ ਨਾਲ ਤੁਸੀਂ ਕਿੰਨਾ ਕੁ ਟਾਈਮ ਬਿਤਾਇਆ ਜੀ ਤੁਹਾਨੂੰ ਉਹਨਾਂ ਨਾਲ ਕਿੰਨਾ ਕੁ ਚਿਰ ਬਿਤਾਉਣਾ ਪੈਂਦਾ ਸੀ ਵੀ ਤੁਸੀਂ ਕਹਿੰਦੇ ਮੈਂ ਉਹਨਾਂ ਨੂੰ ਸ਼ਗਿਰਦੀ ਲਈ ਹੈ ਤੇ ਕਿੰਨਾ ਕੁ ਚਿਰ ਆਪਾਂ ਉਹਨਾਂ ਦੇ ਕੋਲ ਬੈਠ ਕੇ ਗਾਉਂਦੇ ਸੀ ਸਿੱਖਦੇ ਸੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਅਨੀਤਾ ਜੀ ਕਿ ਮੈਂ ਆਪਣੇ ਸ੍ਰੀ ਉਸਤਾਦ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਿਬ ਉਹਨਾਂ ਕੋਲ ਬੜੇ ਚਪੇੜਾ ਖਾਧੀਆਂ ਬੜੀਆਂ ਮੁੱਕੇ ਖਾਧੇ ਮੈਂ ਉਹਨਾਂ ਬੜੇ ਘਸੁੰਨ ਖਾਧੇ ਬੜੀਆਂ ਗਾਲਾਂ ਖਾਧੀਆਂ ਕਿ ਇੱਦਾਂ ਨਹੀਂ ਇੱਦਾਂ ਗਾਉਣਾ ਇੱਦਾਂ ਨਹੀਂ ਇੱਦਾਂ ਦੁਬਾਰਾ ਕਰਦਾ ਮੇਰਾ ਦਿਲ ਕਰਦਾ ਕਿ ਸਕੂਲ ਕਾਲਜ ਚ ਫਿਰ ਦੁਬਾਰਾ ਐਡਮਿਸ਼ਨ ਲਵਾਂ ਉਹ ਦਿਨ ਨੀ ਲੱਗਦੇ ਬਚਪਨ ਦੇ ਦਿਨ ਆ ਨਾ ਜਿਹੜੇ ਉਹ ਭੁਲਾਇਆ ਨੀ ਭੁੱਲਦੇ ਮੁੜ ਕੇ ਨਹੀਂ ਆਉਂਦੇ ਉਹ ਦਿਨ ਬਸ ਫਿਰ ਉਦਾਂ ਹੀ ਸ੍ਰੀ ਕੁਲਦੀਪ ਮਾਣਕ ਸਾਹਿਬ ਜੀ ਦਾ ਮੇਰਾ ਰਾਬਤਾ ਹੋ ਗਿਆ ਜੀ ਉਹਨਾਂ ਦੇ ਨਾਲ ਉਹਨਾਂ ਨੂੰ ਫਾਲੋ ਕਰਦੇ ਸੀਗੇ ਅਸੀਂ ਕੋਈ ਬਾਲੀਆਂ ਵੱਡੀਆਂ ਗੱਲਾਂ ਨਹੀਂ ਕਰ ਰਹੇ ਅਨੀਤਾ ਜੀ ਅਸੀਂ ਤੇ ਨਾ ਜਿੰਨੇ ਸੀਨੀਅਰ ਕਲਾਕਾਰ ਨੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਉਹ ਪਹਿਲਾਂ ਨਾ ਜਿੱਦਾਂ ਫੱਟੀ ਤੇ ਹੁਣ ਤਾਂ ਫੱਟੀਆਂ ਵੀ ਹੋਣਗੀਆਂ ਤੇ ਆਨਲਾਈਨ ਕਰੋਨਾ ਤੇ ਆਨਲਾਈਨ ਮੋਬਾਈਲ ਤੇ ਸਟੱਡੀ ਹੋਣ ਲੱਗ ਪਈ ਉਹ ਜੋੜੇ ਉਹਨਾਂ ਨੇ ਪੂਰਨੇ ਪਾਏ ਨਾ ਜਿੱਦਾਂ ਆਹ ਦੇਖੋ ਸਾਰੇ ਇਹ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਅਸੀਂ ਬਾਹਲਾ ਵੱਡਾ ਕੋਈ ਸੱਪ ਨਹੀਂ ਕੱਢ ਰਹੇ ਅਸੀਂ ਬਾਹਲੀ ਵੱਡੀ ਕੋਈ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਉਹ ਪੂਰਨੇ ਪਾਏ ਹੋਏ ਅਸੀਂ ਸਾਡੇ ਉਹ ਕੰਮ ਆਏ ਨੇ ਦਲਵਿੰਦਰ ਜੀ ਤੁਹਾਡਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਸੀਗਾ ਉਹ ਅਨੀਤਾ ਜੀ ਮੇਰਾ ਪਹਿਲਾ ਗੀਤ ਹੋਇਆ ਸੀ ਜੀ ਬਿੰਦਰ ਟਵਾਣਾ ਨੇ ਗੀਤਕਾਰ ਸਾਹਿਬ ਮੇਰੇ ਨਾਲ ਕਾਲਜ ਦੇ ਵਿੱਚ ਅਸੀਂ ਬੀ ਏ ਫਸਟ ਈਅਰ ਬੀ ਏ ਸੈਕਿੰਡ ਈਅਰ ਇਕੱਠਿਆਂ ਨੇ ਕੀਤੀ ਰਹੀਮ ਪੁੱਤ ਨੇ ਅੱਜ ਕੱਲ੍ਹ ਅਮੈਰੀਕਾ ਚ ਨੇ ਉਹ ਗਾਣਾ ਸੀ ਕਿ ਛੱਡ ਵਤਨ ਤੇਰੇ ਲਾਲ ਨੇ ਨੀ ਮਾਂ ਕੀਤੀ ਭੁੱਲੇ ਹੈ ਵਿੱਚ ਪਰਦੇਸਾ ਮੀਏ ਨੀ ਤੇਰੀ ਯਾਦ ਨਾ ਭੁੱਲੇ ਵਿੱਚ ਪਰਾਏ ਦੇਸ਼ ਦੇ ਕੋਈ ਬਣੇ ਨਾ ਦਰਦੀ ਬੁਰਾ ਵਿਛੋੜਾ ਮੌਤ ਤੋਂ ਜਿੱਦ ਹੋ ਕੇ ਭਰਦੀ ਹਾਏ ਪੱਖੀ ਦੇ ਹਾਏ ਵਾਂਗਰਾਂ ਪੱਖੀ ਦੇ ਹੈ ਵਾਂਗਰਾਂ ਦਿਲ ਮੇਰਾ ਡੋਲੇ ਹੈ ਵਿੱਚ ਪਰਦੇਸਾਂ ਅੰਮੀਏ ਨੀ ਤੇਰੀ ਯਾਦ ਨਾ ਭੁੱਲੇ ਇਹ ਮੇਰਾ ਗਾਣਾ ਸੀ ਪਹਿਲਾਂ ਇਸ ਮਾਂ ਦੇ ਗੀਤ ਨੇ ਮੈਨੂੰ ਐਸੀਆਂ ਅਸੀਸਾਂ ਦਿੱਤੀਆਂ ਲੋਕਾਂ ਦੀਆਂ ਮਾਵਾਂ ਦੀਆਂ ਤੇ ਦਲਵਿੰਦਰ ਦਿਆਲਪੁਰੀ ਪਰਮਾਤਮਾ ਦੀ ਕਿਰਪਾ ਹੋ ਗਈ ਮਾਂ ਦੀ ਅਸੀਸਾਂ ਹੀ ਆ ਜਿਹੜੀ ਸਾਨੂੰ ਬੁਲੰਦੀਆਂ ਤੱਕ ਪਹੁੰਚਾ ਦਿੰਦੀਆਂ ਨੇ ਤੇ ਅਸੀਂ ਜਿੰਨੇ ਵੀ ਮੁਸੀਬਤਾਂ ਹੁੰਦੀਆਂ ਨੇ ਲਾਈਫ ਦੀਆਂ ਅਸੀਂ ਉਹਨਾਂ ਚੋਂ ਅੱਗੇ ਨਿਕਲ ਜਾਂਦੇ ਹਾਂ ਦੇਖੋ ਮਾਂ ਦੀ ਅਸੀਸਾਂ ਨਾਲ ਹੀ ਮੈਨੂੰ ਵਧੀਆ ਸੋਸਾਇਟੀ ਮਿਲੀ ਮਾਂ ਦੀ ਅਸੀਸਾਂ ਦੇ ਨਾਲ ਹੀ ਮੈਨੂੰ ਵਧੀਆ ਸੀਨੀਅਰ ਆਰਟਿਸਟ ਮਿਲੇ ਜਿਹਨਾਂ ਚ ਗੋਲਡਨ ਸਟਾਰ ਮਲਕੀਤ ਸਿੰਘ ਜੀ ਨੇ ਮੈਨੂੰ ਖੜਨਾ ਉੱਠਣਾ ਜਾਣਾ ਬਹਿਣਾ ਆਉਣਾ ਗੱਡੀ ਚ ਆਉਣਾ ਮਾਈਕ ਫੜਨਾ ਦੱਸਿਆ ਗਾਹ ਸਾਰੇ ਲੈਂਦੇ ਨੇ ਪਰ ਕਿਸ ਤਰ੍ਹਾਂ ਕਿਸ ਨੂੰ ਕੀਲਣਾ ਕਿਸ ਹੁੰਦੀ ਜਿਹਨੂੰ ਆਪਾਂ ਦੂਜੇ ਸਾਹਮਣੇ ਵਾਲੇ ਦਰਸ਼ਕ ਨੂੰ ਆਪਾਂ ਸੁਰਮਾ ਹਰੇਕ ਪਾ ਲੈਂਦਾ ਪਰ ਮਟਕਾਉਣਾ ਆਉਣਾ ਚਾਹੀਦਾ ਜੀ ਦਲਵਿੰਦਰ ਜੀ ਤੁਹਾਡੇ ਹੁਣ ਤੱਕ ਕਿੰਨੇ ਕੁ ਰਿਕਾਰਡ ਹੋ ਚੁੱਕੇ ਗੀਤ ਪਤਾ ਨੀ ਬਹੁਤ ਹੋ ਚੁੱਕੇ ਜੀ ਮੈਨੂੰ ਤਾਂ ਆਪ ਨੀ ਪਤਾ ਮੈਂ ਕਿਹਾ ਮੇਰਾ 2000-2500 ਮੈਨੂੰ ਖੁਦ ਨੀ ਪਰਮਾਤਮਾ ਕਿਰਪਾ ਕਰੇ ਪਰਮਾਤਮਾ ਮਿਹਰ ਕਰੇ ਲੋਕਾਂ ਦੇ ਬਹੁਤ ਦਿਲ ਟੁੱਟੇ ਹੋਏ ਨੇ ਕਿ ਉਹਨਾਂ ਨੂੰ ਵੀ ਪਰਮਾਤਮਾ ਸਮਰਥ ਬਖਸ਼ੇ ਪੂਰੀ ਹਿੰਮਤ ਬਖਸ਼ੇ ਜਿਹੜੇ ਕੋਰੋਨਾ ਤੋਂ ਡਰੇ ਹੋਏ ਨੇ ਕੋਈ ਵੀ ਬੰਦਾ ਕੋਈ ਗਲਤ ਕੰਮ ਨਾ ਕਰੇ ਕੋਈ ਵੀ ਬੰਦਾ ਸਿਰਫ ਕੋਨਫੀਡੈਂਸ ਰੱਖੇ ਵਾਹਿਗੁਰੂ ਤੇ ਵਿਸ਼ਵਾਸ ਰੱਖੇ ਆਪਣੇ ਪਰਿਵਾਰ ਨੂੰ ਆਪਣੇ ਗਰੁੱਪ ਨੂੰ
अपने आप नूं चलदा ते चलाउंदा रखे, परमात्मा मेहर करेगा ते ताइयों साडे गीत अंत तक सुने जी। अज अजकल माड़ा टाइम है ते कदी चंगा टाइम भी आऊंगा, जे सूरज अज डुब्या है ते कल निकलना भी है सूरज ने, कि शाम ते सवेरे ओहदा शुक्र गुजारी दा, जिन्ना सानू दिंदा धन्नवाद कह के सारी दा, उच्ची नीवी थां दा ओ रखदा ख्याल, केड़ी गल डोली है जी रब साडे नाल है, रब सारयां दे नाल है, सारयां दे नाल है जी। वाह जी वाह। दविंदर जी ਤੁਸੀਂ ਕਿਹੜੇ ਕਿਹੜੇ ਗਾਇਕ ਹੈ ਜਾਂ ਕੋਈ ਸਿੰਗਰ ਜਾਂ ਕੋਈ ਐਕਟਰ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ? ਲੋਕ ਤਾਂ ਤੁਹਾਨੂੰ ਸੁਣਦੇ ਹੀ ਹੈ, ਸਾਨੂੰ ਪਤਾ ਬੱਚੇ ਬੱਚੇ ਦੀ ਜ਼ੁਬਾਨ ਤੇ ਤੁਹਾਡੇ ਗਾਣੇ ਨੇਰੀਆਂ ਲਿਆ ਦੋ ਨੇਰੀਆਂ, ਤੇ ਕੋਈ ਡੀਜੇ ਕੋਈ ਪਾਰਟੀ ਇਸ ਗਾਣੇ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ ਤੇ ਕੁਛ ਕੁਛ ਬਹੁਤ ਕਿਰਪਾ ਜੀ ਅਨੀਤਾ ਜੀ ਮੇਰੇ ਦੋਸਤ ਨੇ ਮੀਤ ਗਰਨਾਮ ਹੋਣੀ ਔਰ ਬਹੁਤ ਹੀ ਸਤਿਕਾਰਯੋਗ ਰਿਸਪੈਕਟੇਬਲ ਜਿਨ੍ਹਾਂ ਦੇ ਨਾਲ ਮੈਨੂੰ ਗਾਉਣ ਦਾ ਮੌਕਾ ਮਿਲਿਆ, ਮਿਸ ਪੂਜਾ ਜੀ, ਇਹ ਸਾਰਾ ਦਾ ਇੱਕ ਨਾ ਇੱਕ ਕੀ ਕਹਿੰਦੇ ਹੁੰਦੇ ਆ ਵੀ ਲੋਕਾਂ ਦਾ ਨਹੀਂ ਸਹਿਯੋਗ ਤੇ ਹੈਗਾ, ਇੱਕ ਨਾ ਟੀਮ ਹੈ ਉਠਣਾ ਬਹੁਤ ਔਖੀ ਗੱਲ ਹੈ, ਪਰ ਪਰਮਾਤਮਾ ਨੇ ਬਹੁਤ ਮੇਰਾ ਸਾਥ ਦਿੱਤਾ, ਮੈਂ ਪਰਮਾਤਮਾ ਦੇ ਚਰਨਾਂ ਵਿੱਚ ਨੰਤ ਬਸ ਤੱਕਿਆ। ਤੇ ਦੂਜੀ ਗੱਲ ਕਿ ਕਿਹੜੇ ਕਿਹੜੇ ਸਿੰਗਰ, ਮੈਨੂੰ ਸਾਰੇ ਸਿੰਗਰ ਬਹੁਤ ਵਧੀਆ ਲੱਗਦੇ ਨੇ, ਆਪਣੇ ਤੋਂ ਜਿਹੜੇ ਜੂਨੀਅਰ ਖਾਸ ਕਰਕੇ ਉਹ ਬਹੁਤ ਵਧੀਆ ਲੱਗਦੇ ਨੇ, ਅੱਜ ਕੱਲ੍ਹ ਨਵਾਂ ਟੇਸਟ ਹੈ ਨਵਾਂ ਫਲੇਵਰ ਹੈ। ਅਤੇ ਸਿੰਗਰ ਜਿਹੜੇ ਮੇਰੇ ਖਾਸ ਕਰਕੇ ਮੈਂ ਉਸਤਾਦ ਸ਼੍ਰੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਜੀ, ਲਤਾ ਮੰਗੇਸ਼ਕਰ ਜੀ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਔਰ ਸਤਿਕਾਰਯੋਗ ਗੋਲਡਨ ਸਟਾਰ ਮਲਕੀਤ ਸਿੰਘ ਜੀ, ਔਰ ਸਰਦੂਲ ਸਿਕੰਦਰ ਸਾਹਿਬ, ਔਰ ਸਾਡੇ ਮੇਰੇ ਵੱਡੇ ਸਤਿਕਾਰਯੋਗ ਵੱਡੇ ਭਾਜੀ ਉਸਤਾਦ ਜਨਾਬ ਸਾਬਰਕੋਟੀ ਸਾਹਿਬ ਜੀ, ਇਹਨਾਂ ਤੇ ਖਾਸ ਕਰਕੇ ਜਿਹਨਾਂ ਨੂੰ ਆਪਣੇ ਮੈਂ ਜਦੋਂ ਮੇਰਾ ਲੰਮਾ ਸਫ਼ਰ ਹੁੰਦਾ ਨਾ ਉਹਨਾਂ ਨੂੰ ਜਿਹਨਾਂ ਨੂੰ ਮੈਂ ਸੁਣਦਾ ਉਹ ਹੈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਕੌਰ ਜੀ, ਉਹਨਾਂ ਵਾਕਈ ਉਹ ਸਾਡੇ ਪੰਜਾਬੀ ਜਿਹੜੇ ਗੀਤ ਸੰਗੀਤ ਦੀ ਦੁਨੀਆ ਉਹਨਾਂ ਦੇ ਅਮਰ ਗਾਇਕ ਨੇ। ਹਾਂ ਹਾਂ, ਉਹਨਾਂ ਨੂੰ ਮੈਂ ਸੁਣਦਾ ਤੇ ਸਾਡੇ ਦਿਲਾਂ ਦੇ ਵਿੱਚ ਸਾਡੇ ਤੱਕ ਵਸਦੇ ਨੇ ਉਹ ਜੀ ਜੀ ਜੀ। ਹੋਰ ਬਹੁਤ ਸਾਰੇ ਆਰਟਿਸਟ ਤੱਕ ਵਸਦੇ ਰਹਿਣਗੇ ਜਿਹੜੇ ਮੇਰੇ ਤੋਂ ਵਧੀਆ ਗਾਉਂਦੇ ਨੇ, ਮੈਂ ਤੇ ਵਧੀਆ ਗਾਉਂਦਾ ਨੀਗਾ, ਮੈਨੂੰ ਪਤਾ ਮੈਂ ਤਾਂ ਰੋਟੀ ਪਾਣੀ ਦਾ ਸਿਲਸਿਲਾ, ਪਰ ਮੈਂ ਸਾਰਿਆਂ ਦਾ ਬਹੁਤ ਵੱਡਾ ਫੈਨ ਹਾਂ ਜੀ। ਔਰ ਜਿਹੜੇ ਖਾਸ ਕਰਕੇ ਤੁਸੀਂ ਪੁੱਛਿਆ ਕਿ ਨੀਤਾ ਜੀ ਐਕਟਰ ਕਿਹੜੇ ਕਿਹੜੇ, ਐਕਟਰ ਵੀ ਹਾਂ ਜੀ, ਹਾਂ ਹਾਂ ਐਕਟਰ ਕਿਉਂਕਿ ਆਪਾਂ ਸੁਣਦੇ ਆ ਦੇਖਦੇ ਵੀ ਆ ਕਈ ਵਾਰ ਟਾਈਮ ਹੁੰਦਾ ਆਪਾਂ, ਚਲੋ ਵੀ ਅਸੀਂ ਕੋਈ ਫਿਲਮ ਦੇਖ ਲਈਏ ਜਾਂ ਕੋਈ ਨਾਟਕ, ਇਸ ਤਰ੍ਹਾਂ ਕੋਈ ਫੇਵਰਟ ਹੋਣਾ ਤੁਹਾਡਾ ਕੋਈ ਐਕਟਰ? ਹਾਂ, ਜਿਨ੍ਹਾਂ ਕਰਕੇ ਮੈਂ ਫਿਲਮਾਂ ਦੇਖਦਾ ਰਹਿੰਦਾ ਜੀ, ਉਹਦੇ ਵਿੱਚ ਆਸ਼ੀਸ਼ ਵਿਦਿਆਰਥੀ ਸਾਹਿਬ ਜੀ, ਪੂਨਾ ਆਰਟ ਯੂਨੀਵਰਸਿਟੀ ਤੋਂ, ਔਰ ਖਾਸ ਕਰਕੇ ਆਸ਼ੂਤੋਸ਼ ਰਾਣਾ ਜੀ, ਠੀਕ ਹੈ ਜੀ, ਮਾਧੁਰੀ ਦੀਕਸ਼ਿਤ ਜੀ, ਨੀਰੂ ਬਾਜਵਾ ਜੀ, ਮੇਰੇ ਭਰਾ ਅੱਜ ਕੱਲ੍ਹ ਕਮਲਜੀਤ ਅਨਮੋਲ, ਸ਼੍ਰੀ ਕੁਲਦੀਪ ਮਾਣਕ ਸਾਹਿਬ ਜੀ ਦੇ ਪਾਂਡਾ ਸਾਹਿਬ, ਔਰ ਹੋਰ ਜਿਹਨਾਂ ਦੇ ਵਿੱਚੋਂ ਨਸੀਰੁਦੀਨ ਸ਼ਾਹ ਸਾਹਿਬ, ਬਹੁਤ ਵੱਡਾ ਮੈਂ ਜਿਹੜੇ ਐਕਟਰ ਨੇ ਪ੍ਰੋਪਰ, ਜਾਂ ਉਹ ਥੀਏਟਰ ਆਰਟਿਸਟ ਹੈ, ਚਾਹੇ ਉਹ ਰੰਗਮੰਚ ਦੇ ਨਾਲ ਹੈ, ਚਾਹੇ ਉਹ ਫਿਲਮਾਂ ਦੇ ਨਾਲ ਹੈ, ਚਾਹੇ ਉਹ ਮਮਿਕਰੀ ਆ ਜੀ, ਚਾਹੇ ਹੋਨਸਟ ਵਾਸ, ਮੈਂ ਸਾਰਿਆਂ ਨੂੰ ਪਸੰਦ ਕਰਦਾ, ਪਰ ਜ਼ਿਆਦਾਤਰ ਮੈਂ ਜਿੱਦਾਂ ਮੇਕਅਪ ਆਰਟਿਸਟ ਮੈਂ ਸਲੂਟ ਮਾਰਦਾ, ਜਿਨ੍ਹਾਂ ਨੇ ਅਮਿਤਾਭ ਬੱਚਨ ਦਾ ਪਾ ਫਿਲਮ ਦੇ ਵਿੱਚ ਮੇਕਅਪ ਕੀਤਾ, ਮੈਂ ਉਹਨਾਂ ਨੂੰ ਸਲੂਟ ਮਾਰਦਾ, ਔਰ ਖਾਸ ਕਰਕੇ ਜਿਹੜੇ ਟਾਈਮਿੰਗ ਜਿਹੜੀ ਟਾਈਮਿੰਗ ਹੁੰਦੀ ਪੜਦਾ ਖਿੱਚਣ ਦੀ, ਮੈਂ ਉਹਨਾਂ ਨੂੰ ਬਹੁਤ ਪਸੰਦ ਕਰਦਾ ਜੀ, ਔਰ ਸਰੋਤਿਆਂ ਨੂੰ ਵੀ ਸਲੂਟ ਹੈ, ਮੇਕਅਪ ਆਰਟਿਸਟਾਂ ਨੂੰ ਵੀ ਸਲੂਟ ਹੈ, ਲਾਈਟਿੰਗ ਵਾਲਿਆਂ ਨੂੰ ਵੀ, ਉਹਨਾਂ ਨੂੰ ਪਤਾ ਵੀ ਕਿੱਥੇ ਲਾਈਟ ਦੇਣੀ ਆ, ਨਾਲੇ ਇਹ ਸਾਰੇ ਉਹ ਸਪੋਰਟ ਨੇ ਜਿਹੜੇ ਸਾਡੇ ਜਿਹੜੀ ਫਿਲਮ ਨੂੰ ਜਾਂ ਸਾਡੇ ਗੀਤ ਨੂੰ ਜਾਂ ਸਾਡੇ ਪ੍ਰੋਜੈਕਟ ਨੂੰ ਸਾਹਮਣੇ ਲਿਆਉਣ ਚ ਸਭ ਤੋਂ ਵੱਡੀ ਭੂਮਿਕਾ ਇਹਨਾਂ ਦੀ ਹੁੰਦੀ ਹੈ। ਅਨੀਤਾ ਜੀ, ਹੋਰ ਵੀ ਮੈਂ ਤੁਹਾਡੇ ਲੋਕਾਂ ਦੇ ਔਰ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਜਿਹਨਾਂ ਨੂੰ ਬਹੁਤ ਪਸੰਦ ਕਰਦਾ ਮੈਂ, ਜਦੋਂ ਆਪਣੀ ਗੱਡੀ ਦੇ ਵਿੱਚ ਲੰਬਾ ਸਫ਼ਰ ਪ੍ਰੋਗਰਾਮ ਤੋਂ ਦੂਰ ਤੋਂ ਆਈਏ ਜਾਂ ਫਲਾਈਟ ਦੇ ਵਿੱਚ ਮੈਂ ਗਾਣੇ ਡਾਊਨਲੋਡ ਕਰਕੇ ਚਲੇ ਜਾਂਦਾ, ਲਤਾ ਮੰਗੇਸ਼ਕਰ ਜੀ, ਮੁਹੰਮਦ ਰਫੀ ਸਾਹਿਬ, ਕਿਸ਼ੋਰ ਕੁਮਾਰ ਜੀ, ਔਰ ਨਾਲ ਦੀ ਨਾਲ ਸ਼ੌਕਤ ਅਲੀ ਸਾਹਿਬ ਜੀ ਪਾਕਿਸਤਾਨ ਤੋਂ, ਠੀਕ ਹੈ ਨੀ ਗੱਲ, ਔਰ ਫਿਰ ਨੁਸਰਤ ਸਾਹਿਬ ਨੂੰ ਤਾਂ ਅਸੀਂ ਸ਼ੁਰੂ ਤੋਂ ਹੀ ਫੈਨ ਹੈ ਸਾਰੇ, ਮਤਲਬ ਉਹ ਤਾਂ ਉਹਨਾਂ ਦੀ ਗਾਇਕੀ ਦੇ ਹਰ ਕੋਈ ਕਾਇਲ ਹੈ ਜੀ। ਪਰ ਮੈਂ ਰੰਗਮੰਚ ਦੇ ਵਿੱਚੋਂ ਖਾਸ ਕਰਕੇ ਧਾਰੀਵਾਲ ਸਾਹਿਬ,
हंसा सिंह जी, जी करंती पाल जी और बीबा कुलवंत बीबा जी और खास करके साडे महाराज रणजीत गमनू बंसल साहब इन्हां लोकां नूं असीं सुणदे गिणदे हां। जी दरविंदर जी साडे दर्शक तुहाडा गीत सुनण लई बड़े बेसब्री नाल इंतजार कर रहे ने, तुसीं साडे दर्शकां नूं अगला गीत केड़ा सुनाउण जा रहे हो? दरविंदर जी शहीद आजम भगत सिंह जी दी सिस्टर ने अमर कौर बीबी अमर कौर जी ओ तुहाडे पिंड वी आए ने, कदी उहनां नूं मिलण दा तुहाडा सबब बणिया? बचपन दे विच छोटे जी सीगे उदो जी 4-5 साल दे सीगे, उदो इन्नी पता नहीं सीगा मैं ओडिका प्रोग्राम विच वाकई सच बोल रहे उडीक कर रहे हैं उन्हां दी फिर दुबारा कि ओ शहीद आजम भगत सिंह फिर दुबारा आवे उडीक कर जी करतार सिंह सराबा फिर दुबारा फिर आउण। हांजी मैं इही उडीक कर रहा ਸਾਡੇ ਸਮਾਜ ਨੂੰ ਹੁਣ ਸ਼ਹੀਦ ਭਗਤ ਸਿੰਘ ਊਧਮ ਸਿੰਘ ਇਹਨਾਂ ਦੀ ਕੀ ਰਾਜ ਗੁਰੂ ਭਗਤ ਸਿੰਘ ਚੰਦਰ ਸ਼ੇਖਰ ਔਰ ਅਸੀਂ ਸਾਡੇ ਉਹਨਾਂ ਦੀ ਉਡੀਕਾਂ ਦੇ ਵਿੱਚ ਆ ਤੇ ਮੈਂ ਨਿੱਕੇ ਹੁੰਦੇ ਸਿਰਫ ਇੱਕ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਜੀ। ਹਾਂ ਸਿਰਫ ਉਦੋਂ ਲੁਕਣ ਛਪੀਕਾ ਖੇਡਦੇ ਸੀਗੇ ਤੇ ਉਹਨਾਂ ਦੇ ਘਰ ਚ ਜਾ ਕੇ ਲੁਕ ਜਾਣਾ, ਇਹਨੂੰ ਨਹੀਂ ਪਤਾ ਸੀ ਸਾਨੂੰ ਨੌਲੇਜ ਨਹੀਂ ਹੁੰਦੀ ਸੀਗੀ ਤੇ ਜਿਹੜੀ ਉਹ ਨੌਲੇਜ ਸੀ ਉਹ ਬੜੀ ਡੇਂਜਰ ਸੀਗੀ ਤੇ ਅਸੀਂ ਨਿੱਕੇ ਹੁੰਦੇ ਜਦੋਂ ਉਹਨਾਂ ਦੀ ਡੈਡ ਬੋਡੀ ਵੀ ਆਈ ਪਿੰਡ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਚੇਤਾ ਸੀਗਾ ਤੇ ਉਹ ਸਾਡੀ ਉਦੋਂ ਕਿਸਮਤ ਮਾੜੀ ਸੀਗੀ, ਨਹੀਂ ਅਸੀਂ ਪਛਾਣ ਨਹੀਂ ਸਕੇ ਉਹਨਾਂ ਨੂੰ ਨਿੱਕੇ ਹੁੰਦੇ ਬਚਪਨਾ ਸੀਗਾ ਨਾਦਾਨੀ ਤੇ ਭਗਤ ਸਿੰਘ ਦੀ ਕੁਰਬਾਨੀ ਨੂੰ ਅਸੀਂ ਸਲੂਟ ਕਰਦੇ ਹਾਂ ਕਿਉਂਕਿ ਮੇਰਾ ਪਿੰਡ ਸਾਰਾ ਉਹਨਾਂ ਨੂੰ ਮਾਮਾ ਜੀ ਆਖਦਾ ਤੇ ਮਾਮਾ ਜੀ ਦੇ ਨਾਮ ਤੇ ਸਾਡੇ ਦਰਸ਼ਕਾਂ ਨੂੰ साल 1907 दोस्तों लैके खुशियां आया किशन सिंह दे घरे दोस्तों भगत सिंह सी जाया ओ अंग्रेज हुकूमत उठ के गदर मचाओ करके वतन आजाद सूरमा लोको जुग पलटाओ करके वतन आजाद सूरमा लोको जुग पलटाओ भगत सिंह सरदार जिंदाबाद जिंदाबाद ओ दुनिया दे बंदे ओ पूजो पूजो नेक इंसानां नू देश दी खातिर मार गए जो प्यारियां प्यारियां जानां नू क्योंकि जिंदगी दी है तो जीने का हुनर देना पाँव बख्शे है तफीके सफर देना गुप्त गुप्त तूने सिखाई है कि मैं गूंगा था अब मैं बोलूंगा तो बातों में असर देना ये सारे शहीदा की कृपा है गुरु महाराज की कृपा के असी गल्लां कर रहे हैं पर असी उन्हां दी कुरबानी नूं जिहड़ा उह 23 साल का जवान है अज तक भी वह चाहे अज 2020 आ गया 21 आ गया 22 आ गया जवान हजे तक जवान है भगत सिंह शहीद आजम सरदार भगत सिंह जी बहुत बहुत वधिया जी। दलविंदर जी तुसी एह दसो केड़े केड़े राइटर्स ने जिन्हां नूं तुसी गांदे हो? मैं तकरीबन अनीता जी सारे ही सत्कारयोग मेरे भरा ने जिन्हां नूं मैं गा के आप हिक चौड़ी करके तुरन का मान बख्शदा जिन्हां विचों सत्कारयोग हरविंदर रोड़पुरी साहब बल बताले वाला वीर रहीमपुरी साहब लानी करतारपुरी मंडार करतारपुरी साहब और करतार चंद तारी जी और महेंद्र महेड़ू साहब जिन्हां नूं असीं प्यार दे नाल महेंद्र संधु जी भी आखदे हां ते साढ़े सत्कारयोग जस कांजली वाला साढ़े सत्कारयोग जस ब्रहा वाला साढ़े सत्कार जो मीत गुरदाम बहुत सारे बल बताले वाला सारे जिन्हां कोल लोकां कोल मैं बोल उधारे लैके गाउंदा ते सुणदा है दलजीत चौहान मेरा भरा है वो सारे सत्कार जोग ने जिन्हां दे मैं गाउंदा गीत जी। दविंदर जी और हांजी जेडे मेरे प्रोड्यूसर ने जेडे मेरे हांजी होर जेडे भी सहयोगी ने तुहाडे पूरे गीत संगीत दी दुनिया दे विच ओ पाल फियाली वाला भाजी हांजी इटली दे विच ने मेजर धीरा साहब ਜਿਹਨਾਂ ਨੇ ਮੈਨੂੰ ਬਹੁਤ ਸਾਰੇ ਦੇਸ਼ਾਂ 'ਚ ਘੁਮਾ ਦਿੱਤਾ ਮੇਰੇ ਪ੍ਰਮੋਟਰ ਨੇ ਔਰ ਸਤਿਕਾਰਯੋਗ ਜਿੱਕੀ ਔਲਖ ਸਾਹਿਬ ਰਾਜਾ ਭਾਜੀ ਸ਼ਹਿਬਾਜਪੁਰ ਵਾਲੇ ਅਤੇ ਹੋਰ ਮਿੱਤਰ ਪਿਆਰੇ ਜਿਹਨਾਂ ਨੇ ਸੱਜਣਾ ਨੇ ਮੈਨੂੰ ਘੁਮਾਇਆ ਰਾਮ ਭਾਜੀ ਜਿਹੜੇ ਗ੍ਰੀਸ ਤੋਂ ਨੇ ਕਿਹਨੇ ਕਿਹਨਾਂ ਦਾ ਨਾਂ ਲਵਾਂ ਸਾਰੇ ਮੇਰੇ ਆਪਣੇ ਨੇ ਜੀ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਵਿਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਤਾਂ ਜ਼ਰੂਰ ਮਿਲਿਆ ਤੁਹਾਨੂੰ
ਤੇ ਕਿੰਨੇ ਕੋ ਵਿਦੇਸ਼ਾਂ ਚ ਜਾ ਕੇ ਆਪਾਂ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਬੜੀ ਪਰਮਾਤਮਾ ਦੀ ਕਿਰਪਾ ਜੀ, ਤੀਜਾ ਚੌਥਾ ਪਾਸਪੋਰਟ ਪਰਮਾਤਮਾ ਨੇ ਭਰ ਦਿੱਤਾ ਜੀ। ਜੀ ਮੁਬਾਰਕਾਂ ਜੀ। ਤੇ ਬਸ 27-28 ਮੁਲਕ ਹੋ ਚੁੱਕੇ ਨੇ ਮੇਰੇ ਜੀ, ਤੇ ਹਜੇ ਵਾਹਿਗੁਰੂ ਨੂੰ ਪਤਾ ਕਿ ਹਜੇ ਮੇਰਾ ਦਿਲ ਨਹੀਂ ਭਰਿਆ, ਹਜੇ ਮੈਂ ਹੋਰ ਲੋਕਾਂ ਨੂੰ ਮਿਲਣਾ ਚਾਹੁੰਦਾ। ਬਹੁਤ ਦਰਸ਼ਕ ਘੱਟ ਹੀ ਹੋਣੇ ਜਿਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਤੁਸੀਂ ਪਾਕਿਸਤਾਨੀ ਚੈਨਲ ਤੇ ਵੀ ਗਾਇਆ। ਜੀ 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 ਜੀ, ਇਹਦੇ ਬਾਰੇ ਸਾਡੇ ਦਰਸ਼ਕ ਜਰੂਰ ਜਾਣਨਾ ਚਾਹੁੰਗੇ। ਇਹ ਨਾ ਮੇਰੇ ਪਰਮਾਤਮਾ ਦੀ ਬਹੁਤ ਕਿਰਪਾ ਜੀ, ਹਰੇਕ ਗੱਲ ਚ ਜਿਹੜੀ ਮੈਂ ਬੋਲਦਾ ਮੇਰੇ ਅੰਦਰੋਂ ਆਵਾਜ਼ ਨਿਕਲਦੀ ਪਰਮਾਤਮਾ ਦੀ ਕਿਰਪਾ। ਮੈਨੂੰ ਲੋਕ ਮਿਲਦੇ ਨੇ ਪਰਮਾਤਮਾ ਦੀ ਕਿਰਪਾ ਹੈ, ਮੈਂ ਬਾਹਰਲੇ ਮੁਲਕਾਂ ਚ ਜਾਂਦਾ ਮੇਰੀ ਇਮੀਗ੍ਰੇਸ਼ਨ ਹੁੰਦੀ ਹੈ, ਇਹ ਪਰਮਾਤਮਾ ਦੀ ਕਿਰਪਾ ਹੈ। ਤੇ ਮੈਂ ਕਿਸੇ ਵੀਡੀਓ ਚ ਕਿਸੇ ਫਿਲਮ ਚ ਗਾਉਂਦਾ ਕਿਸੇ ਨਾਟਕ ਚ ਪਲੇ ਬੈਕ ਆਉਂਦਾ, ਉਹ ਮੇਰੇ ਪਰਮਾਤਮਾ ਦੀ ਕਿਰਪਾ। ਮੈਂ ਜਿਹੜੀ ਜੋਬ ਕੀਤੀ ਨੇ 25 ਸਾਲ ਮੇਰੀ ਪਰਮਾਤਮਾ ਦੀ ਕਿਰਪਾ, ਪਰਮਾਤਮਾ ਨੇ ਮੈਨੂੰ ਸਾਰਾ ਕੁਛ ਦਿੱਤਾ, ਠੀਕ ਨਹੀਂ ਕੁਛ ਨੀ ਮਿੱਤਰ ਲੁਕੋਇਆ ਪਰਮਾਤਮਾ। ਬਹੁਤ ਬਹੁਤ ਧੰਨਵਾਦ। ਤੇ ਤੁਹਾਡਾ ਸਵਾਲ ਸੀਗਾ ਕਿ ਪਾਕਿਸਤਾਨੀ ਚੈਨਲ ਤੇ ਕਿਸ ਤਰ੍ਹਾਂ ਆਉਣ ਦਾ ਸਬਬ ਬਣਿਆ। ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਹੈ, ਸਾਈ ਮੀਆਂ ਮੀਰ ਜਿਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੈ, ਉਹਨਾਂ ਦੀ 13ਵੀਂ ਪੁਸ਼ਤ ਮੈਡਮ ਜੀ ਪੀਰ ਕਾਦਰ ਸਾਹਿਬ, ਉਹ ਸਾਡੀ ਇੱਕ ਇੱਥੇ ਸੰਸਥਾ ਹੈ, ਉਹਦੇ ਪ੍ਰਧਾਨ ਨੇ ਹਰਭਜਨ ਸਿੰਘ ਬਰਾੜ ਸਾਹਿਬ। ਮੈਂ ਇੱਕ ਵਾਰੀ ਗਾਉਣ ਗਿਆ ਜੀ, ਸਾਈ ਮੀਆਂ ਮੀਰ ਸਾਹਿਬ ਜੀ ਦੇ ਭਰਾਤਾ ਸਾਈ ਇਮਾਮ ਸ਼ਾਹ ਜੀ ਪਿੰਡ ਰੱਤੜ ਛੱਤੜ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ, ਉੱਥੇ ਉਹਨੇ ਮੈਨੂੰ ਸੁਣਿਆ ਅਤੇ ਉਹਨਾਂ ਨੇ ਮੈਨੂੰ ਨਿਮੰਤਰ ਦਿੱਤਾ, ਸੱਦਾ ਪੱਤਰ ਦਿੱਤਾ ਕਿ ਚਲੋ ਤੁਹਾਨੂੰ ਪਾਕਿਸਤਾਨ ਲੈ ਚੱਲੀਏ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਝੂੜਕਣਾ, ਸੱਚਾ ਸੌਦਾ, ਬਹੁਤ ਸਾਰੇ ਰਾਣੀ ਇਸ਼ਰਾਂ ਦਾ ਖੋ ਐਂਡ ਸ਼ਾਹ ਨਾਤ ਅਲੀ ਸਾਹਿਬ, ਹਜ਼ਰਤ ਬਾਬਾ ਬੁੱਲੇ ਸ਼ਾਹ ਜੀ, ਮੁਹੰਮਦ ਸਾਹਿਬ ਜੀ, ਬੀਬੀ ਪਾਤਮਾ ਜੀ, ਬਸ ਬਹੁਤ ਜ਼ਿਆਦਾ ਪਰਮਾਤਮਾ ਨੇ ਨਾ ਕਿਰਪਾ ਕੀਤੀ ਹੋਈ ਆ। ਅਸੀਂ ਚਾਹੁੰਦੇ ਹਾਂ ਹਮੇਸ਼ਾ ਹੀ ਪਰਮਾਤਮਾ ਦਾ ਹੱਥ ਤੁਹਾਡੇ ਸਿਰ ਤੇ ਰਹੇ ਤੇ ਬੁਲੰਦੀਆਂ ਛੂਹੋ। ਪ੍ਰੋਗਰਾਮ ਦੇਖਦੇ ਨੇ ਤੇ ਉਹਨਾਂ ਨੂੰ ਸਲਾਮ ਆਦਾਬ, ਤਲਵਿੰਦਰ ਦਿਆਲ ਪੁਰੀ ਉਹਨਾਂ ਭਾਰਤ ਵੱਲੋਂ, ਇੰਡੀਆ ਵੱਲੋਂ ਜੀ, ਤੇ ਪੈਗਾਮ ਹੈ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦਾ। ਹਾਂ ਪੈਗਾਮ ਹੈ, ਔਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਪ੍ਰੋਡਿਊਸਰ ਹਾਂ ਜੀਓ ਟੀਵੀ ਪੀ ਟੀਵੀ ਤੇ, ਤੇ ਉਹਨਾਂ ਨੇ ਮੈਨੂੰ ਗਵਾਇਆ ਜੀ ਉਸ ਟੀਵੀ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਜਦੋਂ ਗੇਟ ਆਡਿਟ ਕੀਤੇ ਮੈਨੂੰ ਕਹਿੰਦੇ ਵੀ ਤੂੰ ਪਹਿਲਾ ਇੰਡੀਅਨ ਹੈ ਜੀ, ਪਹਿਲਾ ਭਾਰਤੀ ਆ ਤੂੰ ਜਿਹੜਾ ਸਾਡੇ ਟੀਵੀ ਤੇ ਗਾ ਚੁੱਕਾ। ਇਹ ਵੀ ਮੈਂ ਮਾਨ ਫਕਰ ਆਪਣੀ ਝੋਲੀ ਦੇ ਵਿੱਚ, ਬਹੁਤ ਵੱਡਾ ਮਾਨ ਹੈ ਜੀ, ਜੋ ਸਭ ਤੋਂ ਪਹਿਲਾ ਸਿੰਗਰ ਜਿਹੜੇ ਪਾਕਿਸਤਾਨ ਦੀ ਧਰਤੀ ਤੇ ਗਾ ਕੇ ਟੀਵੀ ਤੇ ਗਾ ਕੇ ਆ, ਲਾਹੌਰ ਯੂਨੀਵਰਸਿਟੀ ਡੇਵਿਸ ਰੋਡ, ਉੱਥੇ ਇੱਕ ਬਹੁਤ ਵਧੀਆ ਥਾਂ ਸੀਗਾ ਕਿ ਸਾਡੇ ਲਹਿਰ ਵਾਲੇ ਪੁੱਲ ਤੇ ਬਲਾ ਕੇ ਪਤਾ ਨਹੀਂ ਮਾਹੀ ਕਿੱਥੇ ਰਹਿ ਗਿਆ। ਬੜੀਆਂ ਬੜੀਆਂ ਯਾਦਾਂ ਬੜੀਆਂ ਮੇਰੇ ਧਿਆਨ ਦੇ ਵਿੱਚ ਨੇ, ਜਿਹੜੀ ਉਡੀਕਾਂ ਨਾ ਜਿੱਦਾਂ ਉਡੀਕਾਂ ਦੇ ਵਿੱਚ 7-8 ਦਿਨ ਲੰਘ ਜਾਂਦੇ ਨੇ, ਮੈਂ ਚਾਹੁੰਦਾ ਕਿ ਮੇਰੀ ਉਡੀਕਾਂ ਜਿਹੜੀ ਹੈ ਉਹ 7-8 ਘੰਟੇ ਦੀ ਹੋਵੇ ਜੀ, 7-8 ਦਿਨ ਉਡੀਕਾਂ, ਕਿਉਂਕਿ ਪਹਾੜੀ ਵਿੱਚ 12 ਉਡੀਕਾਂ ਕਰਦੀ ਪਈ ਰੋਜ਼ ਉਡੀਕਾਂ, ਪਿਛੜਿਆ ਯਾਰ ਮਿਲਾ ਦੇ ਓਏ ਸੱਜਣਾ ਦੇ ਮੇਲ ਕਰਾ ਦੇ ਓਏ, ਅੱਜ ਸੱਜਣਾ ਦੇ ਮੇਲ ਹੋਏ ਨੇ, ਉਡੀਕਾਂ ਪ੍ਰੋਗਰਾਮ ਦੇ ਮੇਲ ਹੋਏ ਨੇ, ਖਾਸ ਕਰਕੇ ਸਾਡੇ ਬੀਬਾ ਕੁਲਵੰਤ ਜੀ ਔਰ ਖਾਸ ਕਰਕੇ ਸਾਡੇ ਗਮਨੂ ਮਾਸਟਰ ਸਾਹਿਬ ਔਰ ਅਨੀਤਾ ਮੈਡਮ ਜੀ ਔਰ ਸਾਡੇ ਕੈਮਰੇ ਵਾਲੇ ਭਾਜੀ ਮਾਸਟਰ ਜੀ, ਸਾਰਿਆਂ ਦੇ ਦਰਸ਼ਨ ਹੋਏ ਜੀ। ਦਲਵਿੰਦਰ ਜੀ, ਤੁਹਾਡੇ ਆਉਣ ਵਾਲੇ ਪ੍ਰੋਜੈਕਟ ਬਾਰੇ ਸਾਡੇ ਦਰਸ਼ਕ ਜਰੂਰ ਜਾਣਨਾ ਚਾਹੁੰਗੇ ਕਿ ਤੁਹਾਡੇ ਕਿਹੜੇ ਗੀਤ ਨੇ ਜੋ ਸਾਡੇ ਦਰਸ਼ਕਾਂ ਨੂੰ ਹੁਣ ਆਉਣ ਵਾਲੇ ਟਾਈਮ ਵਿੱਚ ਸੁਣਨ ਨੂੰ ਮਿਲਣਗੇ। ਅਨੀਤਾ ਜੀ, ਉਡੀਕਾਂ ਪ੍ਰੋਗਰਾਮ ਵਿੱਚ ਲੋਕਾਂ ਨੇ ਬੜੀ ਮੇਰੀ ਉਡੀਕ ਕੀਤੀ ਹੈ ਗਾਣਿਆਂ ਦੀ, ਮੈਂ ਬਾਹਲੇ ਗਾਣਿਆਂ 'ਚ ਨਾ ਵਿਸ਼ਵਾਸ ਨਹੀਂ ਰੱਖਦਾ, ਬਾਹਲੇ ਠਾ ਗਾਣੇ ਸੁੱਟੀ ਚਲੋ, ਨਹੀਂ ਪਰ ਦਰਸ਼ਕ ਫਿਰ ਵੀ ਉਡੀਕ ਕਰ ਰਹੇ ਨੇ ਤੁਹਾਡੇ ਗੀਤਾਂ ਦੀ। ਹਾਂ ਪਰ ਲੋਕਾਂ ਨੂੰ ਥੋੜਾ ਸਸਪੈਂਸ ਵੀ ਦੇਣਾ ਚਾਹੀਦਾ ਜੀ, ਉਡੀਕਾਂ ਦੇ ਵਿੱਚ ਹੀ ਮਾਇਆ ਦੀ ਚਾਹ ਜਿਹੜਾ ਪੀਣ ਦਾ ਜਿਹੜਾ ਜਿਹੜੀ ਚਾਹਤ ਆ, ਚਾਹ ਦੇ ਨਾਲ ਜਿਹੜੀ ਚਾਹਤ ਆ ਉਹ ਤਾਂ ਜ਼ਰੂਰ ਚਾਹੀਦੀ ਹੈ ਨਾ। ਅਤੇ ਮੇਰਾ ਗਾਣਾ ਜਿੱਦਾਂ ਚੀਨ ਦੇ ਅਤੇ ਭਾਰਤ ਦੇ ਆਪਸ ਵਿੱਚ ਕਿਠਾਸ ਪੈਦਾ ਹੋਈ ਹੈ, ਅਤੇ ਇੱਕ ਗਾਣਾ ਮੇਰਾ ਰੱਬਾ ਠੀਕ ਠਾਕ ਹੋਵੇ ਸੱਤਾ ਕੋਟਲੀ ਵਾਲੇ ਦੀ ਆਵਾਜ਼ ਹੈ, ਅਤੇ ਬਹੁਤ ਜਲਦੀ ਇਹ ਲੋਕਾਂ ਤੱਕ ਗਾਣਾ ਚੱਲ ਰਿਹਾ ਜੀ, ਅਤੇ ਬਹੁਤ ਜਲਦੀ ਜਸ ਵਰੇਹਾਣੇ ਦਾ ਗੀਤ, ਪ੍ਰਿੰਸ ਸੁਖਦੇਵ ਹੋਣਾ ਦਾ ਮਿਊਜ਼ਿਕ ਹੈ ਔਰ ਜੁਗਰਾਜ ਸਿੰਘ ਵੜੈ ਸਾਹਿਬ ਵੇਵ ਆਡੀਓ ਦੇ ਵਿੱਚ ਗਾਣਾ ਆ ਰਿਹਾ ਜੀ ਕਪਲ ਜੀ, ਕਪਲ ਦਾ ਮੀਨ ਕਿ ਨਵਾਂ ਵਿਆਹ ਜੋੜਾ, ਵੈਡਿੰਗ ਸੌਂਗ ਹੈ
ਤੇ ਜਰੂਰ ਅੱਜ ਮੈਂ ਸੁਣਾਉਣਾ ਨਹੀਂ ਤੁਸੀਂ ਜਰੂਰ ਉੱਤੇ YouTube ਤੇ Facebook ਤੇ Instagram ਤੇ Messenger ਤੇ TikTok ਤੇ ਔਰ ਨਾਲ ਦੇ ਨਾਲ ਚੈਨਲ ਤੇ ਤੇ ਪੇਜ ਤੇ ਸ਼ੇਅਰ ਕਰਨਾ ਗਾਣੇ ਦਾ ਨਾਮ ਹੈ ਕਪਲ ਔਰ ਬਹੁਤ ਜਲਦੀ ਇਹਨੂੰ ਅਸੀਂ ਲੋਕਾਂ ਦੇ ਸਾਹਮਣੇ ਕਰਾਂਗੇ ਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 400 ਸਾਲਾਂ ਦੀ ਪ੍ਰਕਾਸ਼ ਪੁਰਬ ਸ਼ਤਾਬਦੀ ਆ ਰਹੀ ਹੈ ਨੌਵੇਂ ਪਾਤਸ਼ਾਹ ਦੀ ਤੇ ਉਹਦੇ ਵਿੱਚ ਰਾਣਾ ਦੜੇਵਾਲੀ ਦਾ ਗਾਣਾ ਜਿਹੜਾ ਧਾਰਮਿਕ ਗਾਣਾ ਹੈ ਸ਼ਹੀਦ ਭਾਈ ਦਿਆਲਾ ਜੀ ਉਹ ਤੁਹਾਡੇ ਸਾਹਮਣੇ ਕਰਾਂਗੇ ਆਉਣ ਵਾਲੇ ਸਮੇਂ ਚ ਜੋ ਜੋ ਪਰਮਾਤਮਾ ਕਰਾਊਗਾ ਠੀਕ ਹੈ ਆਗੇ ਆਗੇ ਦੇਖੋ ਹੁੰਦਾ ਹੈ ਕਿਆ ਠੀਕ ਹੈ ਦਲਵਿੰਦਰ ਜੀ ਤੁਹਾਡੇ ਆਉਣ ਵਾਲੇ ਗੀਤਾਂ ਦਾ ਸਾਡੇ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਸਾਡੇ ਸਟੂਡੀਓ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ ਉਡੀਕਾ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਮੈਡਮ ਜੀ ਬਹੁਤ ਬਹੁਤ ਖਾਸ ਕਰਕੇ ਸਾਡੇ ਆਜ਼ਾਦ ਰੰਗਮੰਚ ਰਜਿਸਟਰ ਜਿਹੜਾ ਕਬਲ ਕਲਾ ਭਵਨ ਫਗਵਾੜਾ ਜਿੱਥੇ ਸਾਰੇ ਬਹੁਤ ਸਾਰੇ ਸੀਨੀਅਰ ਆਰਟਿਸਟ ਫਗਵਾੜੇ ਦੇ ਵਿੱਚ ਅਸੀਂ ਕਿਹਨਾਂ ਕਿਹਨਾਂ ਦੇ ਨਾਂ ਲਈਏ ਸਾਰੇ ਸਤਿਕਾਰਯੋਗ ਨੇ ਕਵੀ ਬਹੁਤ ਵਧੀਆ ਨੇ ਇੱਥੇ ਫਗਵਾੜੇ ਨੂੰ ਅਸੀਂ ਸਲਾਮ ਕਰਦੇ ਨਤਮਸਤਕ ਕਰਦੇ ਹਾਂ ਗੁਰਦੁਆਰਾ ਸੁਖਚੈਨਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਦਾ ਔਰ ਨਾਲ ਦੀ ਨਾਲ ਵੱਡੀ ਗੱਲ ਹੈ ਕਿ ਜਿੰਨੇ ਆਰਟਿਸਟ ਵਰਦੀਆਂ ਪਾਉਂਦੇ ਨੇ ਸਟੇਜ ਤੇ ਪੰਜਾਬ ਦੇ ਸਾਰੇ ਉਹ ਅਸੀਂ ਫਗਵਾੜੇ ਤੋਂ ਬੁਲਾਉਂਦੇ ਹਾਂ ਫਗਵਾੜੇ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਹਾਂ ਮੇਰੇ ਦੋਸਤ ਨੇ ਜਿਹੜੇ ਵੀਡੀਓ ਡਾਇਰੈਕਟਰ ਨੇ ਅਸ਼ੋਕ ਰਾਣਾ ਜੀ ਵਰਨ ਜੀ ਰਿਕਾਰਡਿਸਟ ਨੇ ਅਸੀਂ ਬਹੁਤ ਸਾਰਾ ਫਗਵਾੜੇ ਕੰਮ ਕਰਦੇ ਨੇ ਬੜੇ ਮੇਰੇ ਮਿੱਤਰ ਨੇ ਫਗਵਾੜੇ ਦੇ ਵਿੱਚੋਂ ਜਿੱਦਾਂ ਨਛੱਤਰ ਗਿੱਲ ਸਾਹਿਬ ਔਰ ਅਮਰ ਅਰਸ਼ੀ ਜੀ ਮੇਰਾ ਗੁਰ ਭਾਈ ਗੁਰਮੇਜ਼ ਮੇਰੀ ਸਾਹਿਬ ਔਰ ਸਾਡੇ ਵੱਡੇ ਭੈਣ ਜੀ ਬੀਬਾ ਕੁਲਵੰਤ ਜੀ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਲੂਟ ਹੈ ਅਨੀਤਾ ਜੀ ਤੁਸੀਂ ਵੀ ਮੈਨੂੰ ਆਪਣੇ ਪ੍ਰੋਗਰਾਮ ਚ ਬੁਲਾ ਕੇ ਉਡੀਕਾਂ ਨੇ ਮੇਰੀਆਂ ਉਡੀਕਾਂ ਖਤਮ ਕੀਤੀਆਂ ਤੁਹਾਨੂੰ ਵੀ ਸਲੂਟ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਨਵੇਂ ਚਿਹਰੇ ਦੇ ਨਾਲ ਨਵੀਂ ਸ਼ਖਸੀਅਤ ਦੇ ਨਾਲ ਫਿਰ ਮਿਲਾਂਗੇ ਉਡੀਕਾ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਉਡੀਕਾ ਉਡੀਕਾ